ਸਤਿ ਸ਼੍ਰੀ ਅਕਾਲ ਜੀ। ਅਨਮੋਲ ਗਗਨ ਮਾਨ ਇੱਕ ਅਜਿਹੀ ਪੰਜਾਬੀ ਗਾਇਕਾ ਜਿਸ ਦੇ ਗਾਣੇ ਲੋਕਾਂ ਨੂੰ ਬੇਹੱਦ ਜ਼ਿਆਦਾ ਪਸੰਦ ਆਉਂਦੇ ਨੇ। ਹਜੇ ਤੱਕ ਅਨਮੋਲ ਗਗਨ ਮਾਨ ਨੇ ਜਿੰਨੇ ਵੀ ਗਾਣੇ ਦਿੱਤੇ ਨੇ ਮਿਊਜ਼ਿਕ ਇੰਡਸਟਰੀ ਨੂੰ, ਉਸਨੂੰ ਲੋਕਾਂ ਨੇ ਕਾਫੀ ਜ਼ਿਆਦਾ ਪਸੰਦ ਕੀਤਾ। ਪਰ ਲੱਗਦਾ ਕਿ ਇਸ ਵਾਰ ਓਵਰ ਸਪੀਡ ਜੋ ਗਾਣਾ ਆ ਰਿਹਾ ਅਨਮੋਲ ਗਗਨ ਮਾਨ ਦਾ, ਉਸ ਦੇ ਨਾਲ ਕੁਛ ਵੱਖਰਾ ਲੈ ਕੇ ਆ ਰਿਹਾ ਮਿਊਜ਼ਿਕ ਇੰਡਸਟਰੀ ਵਿੱਚ, ਅਤੇ ਇੱਕ ਵੱਖਰੀ ਹੀ ਲੁੱਕ ਵੀ ਹੋਏਗੀ ਇਸ ਗਾਣੇ ਦੇ ਵਿੱਚ ਅਨਮੋਲ ਗਗਨ ਮਾਨ ਦੀ। ਸੋ ਦੇਖੋ ਦੈਨਿਕ ਸਵੇਰਾ ਟੀਵੀ ਦੀ ਇਹ ਖਾਸ ਰਿਪੋਰਟ। ਗੱਡੀ, ਸੂਟ ਤੇ ਪਸੰਦ ਤੇਰੀ ਵਰਗੇ ਸੁਪਰਹਿੱਟ ਗਾਣਿਆਂ ਤੋਂ ਬਾਅਦ ਪੰਜਾਬੀ ਗਾਇਕਾ ਅਨਮੋਲ ਗਗਨ ਮਾਨ ਇੱਕ ਵਾਰ ਫੇਰ ਨਵਾਂ ਗਾਣਾ ਲੈ ਕੇ ਸਾਹਮਣੇ ਆਉਣ ਵਾਲੀ ਹੈ। ਜੀ ਹਾਂ, ਅਨਮੋਲ ਗਗਨ ਮਾਨ ਨੇ ਆਪਣੀ ਪੋਸਟ ਸ਼ੇਅਰ ਕਰਦਿਆਂ ਇਸ ਦਾ ਜ਼ਿਕਰ ਕੀਤਾ ਕਿ ਜਲਦ ਹੀ ਉਹਨਾਂ ਦਾ ਨਵਾਂ ਗਾਣਾ ਓਵਰ ਸਪੀਡ ਆਉਣ ਵਾਲਾ ਹੈ, ਜੋ ਬਿਲਕੁਲ ਵੱਖਰੇ ਅੰਦਾਜ਼ 'ਚ ਹੈ। ਖੈਰ, ਹੁਣ ਇਹ ਵੱਖਰਾ ਅੰਦਾਜ਼ ਕੀ ਹੈ ਤਾਂ ਸੌਂਗ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਚੱਲੇਗਾ। ਫਿਲਹਾਲ ਹੁਣ ਤੁਹਾਨੂੰ ਇਸ ਗਾਣੇ ਦਾ ਕਿੰਨਾ ਕੁ ਇੰਤਜ਼ਾਰ ਹੈ ਅਤੇ ਕੀ ਨਵਾਂ ਲੈ ਕੇ ਆਏਗੀ ਅਨਮੋਲ ਗਗਨ ਮਾਨ, ਆਪਣੀ ਰਾਏ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸ ਸਕਦੇ ਹੋ।